ਸੱਚੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਗਾ ਜੀ ਸੌਣਦੇ ਤੁਸੀਂ ਆਪਣਾ ਫੇਵਰਟ ਚੈਨਲ ਗੁਰੂ ਸਿੰਘ ਦੇ ਨਾਲ ਹੀ ਤਾਂ ਪੰਜਾਬੀ ਅੱਜ ਦੀਆਂ ਖਬਰਾਂ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਕੇਸ ਹਿਸਾਬ ਦੇ ਨਾਲ ਇਟਲੀ ਦੇ ਵਿੱਚ ਸਿਚੁਏਸ਼ਨ ਚੱਲ ਰਹੀ ਹੈ ਕੀ ਸਿਚੁਏਸ਼ਨ ਚੱਲ ਰਹੀ ਹੈ ਇਟਲੀ ਦੇ ਵਿੱਚ ਵੱਡੀਆਂ-ਵੱਡੀਆਂ ਮਾਰਕੀਟਾਂ ਦੇ ਜਿਹੜੇ ਮਾਲਕ ਨੇ ਆਖਰ ਉਹ ਕਿਉਂ ਮਜਬੂਰ ਹੋ ਗਏ ਨੇ ਮਜਬੂਰ ਹੋਏ ਸਰਕਾਰ ਨੂੰ ਚਿੱਠੀਆਂ ਲਿਖਣ ਲਈ ਇਟਲੀ ਦੇ ਵਿੱਚ ਇੱਕ ਵਾਰ ਫੇਰ ਅਜਾਂਟੀ ਫੜੀ ਗਈ ਹੈ ਜੀ ਏਜੰਟ ਫੜੇ ਗਏ ਨੇ 16 ਏਜੰਟ ਫੜੇ ਨੇ ਕਿੱਥੇ ਫੜੇ ਨੇ ਕਿੱਦਾਂ ਫੜੇ ਨੇ ਕੰਮ ਉਹੀ ਆ ਸਿਰਫ ਜਗ੍ਹਾ ਬਦਲੀਆਂ ਨੇ ਜੀ ਕਾਰੋਬਾਰ ਉਹੀ ਆ ਜੋ ਪਹਿਲਾਂ ਚੱਲਦਾ ਜੋ ਹਮੇਸ਼ਾ ਦਾ ਚੱਲਦਾ ਪਰ ਟਿਕਾਣੇ ਥਾਂ ਬਦਲੇ ਗਏ ਨੇ ਹੁਣ ਇਟਲੀ ਦੇ ਬੰਦਿਆਂ ਨੂੰ ਵੀ ਇਟਲੀ ਦੇ ਪੁਲਿਸ ਮਹਿਕਮੇ ਨੂੰ ਵੀ ਪਤਾ ਲੱਗ ਗਿਆ ਜੀ ਏਜੰਟੀ ਬਾਰੇ ਇਸ ਤੋਂ ਬਾਅਦ ਇੱਕ ਹੋਰ ਖਬਰ ਇੱਕ ਹੋਰ ਅਪਡੇਟ ਆਇਆ ਜੀ ਕਿ 에어ਪੋਰਟ ਦੇ ਉੱਤੇ ਇੰਡੀਆ ਨੂੰ ਇੰਡੀਆ ਨੂੰ ਜਾਣ ਵਾਲੀ ਇੱਕ ਸਵਾਰੀ ਦੇ ਕੋਲੋਂ 20000 ਰੁਪਏ ਕੈਸ਼ ਵਿੱਚ ਫੜਿਆ ਗਿਆ ਅਤੇ ਜਰਮਾਨਾ ਹੋਇਆ ਨਹੀਂ ਹੋਇਆ ਇਹਨਾਂ ਸਾਰੇ ਖਬਰਾਂ ਇਹ ਸਭ ਜਾਣਨ ਦੇ ਲਈ ਤੁਸੀਂ ਸਾਡੀਆਂ ਅੱਜ ਦੀਆਂ ਜੋ ਖਬਰਾਂ ਨੇ ਲਾਸਟ ਤੱਕ ਜਰੂਰ ਸੁਣਿਓ ਜੀ ਪਰ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅਸੀਂ ਦੇਖਦੇ ਹਾਂ ਇਟਲੀ ਦੀ ਜੋ ਅੱਜ ਸਾਨੂੰ ਸਿਚੁਏਸ਼ਨ ਹੈ ਕੀ ਕਹਿ ਰਹੀ ਹੈ ਇਟਲੀ ਦੇ ਵਿੱਚ ਅੱਜ 16999 ਨਵੇਂ ਕੇਸ ਆਇਆ 3099 ਮਰੀਜ਼ ਠੀਕ ਹੋਏ ਨੇ 800 887 ਜਿਹੜੇ ਮਰੀਜ਼ਾਂ ਦੀ ਅੱਜ ਮੌਤ ਹੋਈ ਹੈ ਇਟਲੀ ਦੇ ਵਿੱਚ ਜਿਹੜੀ ਮੌਤ ਹੋਈਆਂ ਬੰਦਿਆਂ ਦੀ ਕੱਲ ਦੇ ਨਾਲੋਂ ਜਿਹੜੀ ਆ ਇਹ ਜ਼ਿਆਦਾ ਹੋਈ ਹੈ ਤੇ ਜੇ ਗੱਲ ਕਰੀਏ ਕੇਸ ਕੇਸ ਵੈਨੇਟੋ ਦੇ ਵਿੱਚ ਆ ਸਭ ਤੋਂ ਜ਼ਿਆਦਾ ਆਏ ਨੇ ਜੇ ਤੁਸੀਂ ਦੇ ਲਾਸਟਲੇ ਕੁਝ ਦਿਨਾਂ ਤੋਂ ਲਾਸਟਲੇ ਹਫ਼ਤਿਆਂ ਤੋਂ ਜੇਕਰ ਦੇਖਿਏਗੀ ਸਿਚੁਏਸ਼ਨ ਕੀ ਜਾ ਰਹੀ ਆ ਤਾਂ ਹੁਣ ਇਟਲੀ ਦੇ ਵਿੱਚ ਜੇ ਨਵਾਂ ਲੂੰਬਰਦੀਆ ਬਣ ਰਿਹਾ ਨਾ ਕੇਸਾਂ ਦੇ ਸਾਨ ਆ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਆਏ ਨੇ ਵੈਨੇਟੋ ਦੀ ਈਰੀਆ ਜੋ ਵੈਰੋਨਾ ਵਿਨੇਟਸਿਆ ਈਰੀਆ ਨਾ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਹੁਣ ਇਹਨਾਂ ਦਿਨਾਂ ਦੇ ਵਿੱਚ ਕੀ ਸਾਰੇ ਨੇ ਲੂੰਬਰਦੀਆ ਜੋ ਕਿ ਹਮੇਸ਼ਾ ਸ਼ੁਰੂ ਤੋਂ ਹੀ ਮਸ਼ਹੂਰ ਸੀ ਸਭ ਤੋਂ ਵੱਧ ਕੇਸਾਂ ਲਈ ਉਹਦੇ ਵਿੱਚ 2093 ਕੇਸ ਪਿਮੋਂਤੇ ਦੇ ਵਿੱਚ 974 ਕੰਪਨੀਆਂ ਦੇ ਵਿੱਚ 1198 ਅਤੇ ਵਿਨੇਟੋ ਦੇ ਵਿੱਚ 4197 ਕੇਸ ਸਾਹਮਣੇ ਆਇਆ ਜੀ ਉਸ ਤੋਂ ਬਾਅਦ ਇਹ ਮਿਲੀਅਨ ਰੋਮਾਨੀ ਦੇ ਵਿੱਚ 1453 ਲਾਟਸਿਓ ਜੋ ਰੋਮਾ ਵਾਲਾ ਏਰੀਆ ਜੀ ਇਹਦੇ ਵਿੱਚ 1488 ਜਿਹੜਾ ਟੋਟਲ ਨਵਾਂ ਕੇਸ ਆ ਫਿਰ ਸਿਜੀਲੀਆ ਦੇ ਵਿੱਚ 1059 ਕੇਸ ਆ ਸਿਜੀਲੀਆ ਵਾਸੀਆਂ ਨੇ ਉੱਥੇ ਦੇ ਜਿਹੜੇ ਐਕਸਪਰਟ ਨੇ ਉਹਨਾਂ ਨੇ ਤਾਂ ਪਹਿਲਾਂ ਹੀ ਇਹ ਦਾਅਵਾ ਕਰ ਦਿੱਤਾ ਹੈ ਕਿ ਸਿਜੀਲੀਆ ਦੇ ਵਿੱਚ ਹੁਣ ਜੋ ਗਿਣਤੀ ਹੈ ਉਹ ਵਧੂਗੀ ਲਗਾਤਾਰ ਵਧੂਗੀ ਤੇ ਜੇ ਅਸੀਂ ਗੱਲ ਕਰੀਏ ਅੱਜ ਆਪਣੇ ਟੰਪੋਨੀ ਟੈਸਟ ਜੇਕਰ ਗੱਲ ਕੀਤੀ ਜਾਵੇ ਕਿ ਟੈਸਟ ਅੱਜ ਇਟਲੀ ਦੇ ਵਿੱਚ ਕਿੰਨੇ ਕੀਤੇ ਗਏ ਨੇ ਤੇ ਟੈਸਟ ਆ ਜਿਹੜੇ ਤਕਰੀਬਨ ਕੱਲ ਦੇ ਨਾਲੋਂ ਥੋੜਾ ਹੀ ਫਰਕ ਪਿਆ ਜੀ ਅੱਜ ਇਟਲੀ ਦੇ ਵਿੱਚ 171586 ਟੋਟਲ ਟੈਸਟ ਕੀਤਾ ਗਿਆ ਕਹਿਣ ਦਾ ਭਾਵ 53000 ਕੱਲ ਦੇ ਨਾਲੋਂ ਵੱਧ ਕੀਤੇ ਗਏ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਸੋਸ਼ਲ ਜ਼ਮਾਨਾ ਜੀ ਟੈਲੀਫੋਨ ਈਮੇਲ ਸਭ ਕੁਝ ਪੈਕ ਹੋ ਜਾਂਦਾ ਪਰ ਇੱਕ ਟਾਈਮ ਚ ਗਾਣਾ ਆਇਆ ਸੀ ਕਿ ਤੁਸੀਂ ਚਿੱਠੀਆਂ ਪਾਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ ਆਕਰ ਫੇਰ ਚਿੱਠੀਆਂ ਦੀ ਲੋੜ ਪੈ ਗਈ ਚਿੱਠੀਆਂ ਦੀ ਲੋੜ ਕਿੱਥੇ ਪੈਂਦੀ ਹੈ ਪੈਂਦੀ ਹੈ ਉਸ ਵੇਲੇ ਜਦੋਂ ਕੰਮ ਮੋਬਾਈਲ ਨਾਲ ਈਮੇਲਾਂ ਦੇ ਨਾਲ ਨਹੀਂ ਨਿਕਲਦਾ ਸੀ ਐਨਸੀਸੀ ਕੌਂਸੀਲਿਓ ਨਾਜ਼ionale ਦੇ ਚੈਂਟਰੀ ਕੁੰਮਰzialੇ ਜਿਹੜੀਆਂ ਇਟਲੀ ਦੇ ਵਿੱਚ ਵੱਡੀਆਂ ਵੱਡੀਆਂ ਮਾਰਕੀਟਾਂ ਨੇ ਇਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਇਹਨਾਂ ਨੇ ਜਿਹੜੀ ਜੂਨੀਅਨ ਹੈ ਇਹਨਾਂ ਨੇ ਰਲ ਕੇ ਸਰਕਾਰ ਨੂੰ ਲੁਚਨ ਲੁਚਾਨਾ ਲ ਮੁਰਜ਼ੇ ਜੀ ਨੂੰ ਚਿੱਠੀ ਪਾਈ ਆ ਜੀ ਚਿੱਠੀ ਦੇ ਵਿੱਚ ਕੀ ਲਿਖਿਆ ਜੀ ਚਿੱਠੀ 'ਚ ਲਿਖਿਆ ਲਿਖ ਤੂੰ ਆਪਣੀ ਜਿਹੜੀ ਕੁੰਸੀ ਦੀਆਂ ਨਸਾਂ ਨਾਲ ਕਿ ਸਾਨੂੰ ਪਿਛਲੇ ਸਾਲ ਨਾਲੋਂ ਪੈ ਰਿਹਾ 75% ਘਟਾ ਉਹ ਸਾਨੂੰ ਸ਼ਨੀਐਤਵਾਰ ਨੂੰ ਖੋਲਣ ਦੋ ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਉਹਨਾਂ ਨੂੰ ਫਾਇਦਾ ਆ ਉਹ ਸ਼ਨੀਐਤਵਾਰ ਦਾ ਹੁੰਦਾ ਹੈ ਉਹਨਾਂ ਸ਼ਨੀਐਤਵਾਰ ਨੂੰ ਤਾਂ ਬੰਦ ਕਰਾ ਦਿੰਦੇ ਆ ਤੇ ਇਸ ਟਾਈਮ ਦਿੱਖ ਤਾਂ ਥੋੜਾ ਮੁਸ਼ਕਿਲ ਲੱਗ ਰਿਹਾ ਕਿ ਇਹਨਾਂ ਦੀ ਜਿਹੜੀ ਫਰਿਆਦ ਆ ਸੁਣੀ ਜਾਊਗੀ ਕਿਉਂ ਮੁਸ਼ਕਿਲ ਆ ਕਿਉਂਕਿ ਲੁਚਾਨਾ ਲੰਮਰ ਜੀ ਨੂੰ ਚਿੱਠੀ ਮਿਲਣ ਤੋਂ ਪਹਿਲੇ ਜਾਂ ਫਿਰ ਖੂਫੀਆ ਇਦਾਂ ਰੱਖ ਲੈਣੇ ਅੱਗੇ ਉਹਨਾਂ ਨੂੰ ਖੂਫੀਆ ਖਬਰ ਮਿਲ ਗਈ ਖੂਫੀਆ ਸੂਤਰਾਂ ਦੇ ਕੋਲੋਂ ਵੀ ਚਿੱਠੀ ਆ ਰਹੀ ਹੈ ਉਸ ਤੋਂ ਪਹਿਲੇ ਉਹ ਪੋਜ਼ਿਟਿਵ ਹੋ ਗਏ ਹੁਣ ਇਸ ਟਾਈਮ ਉਹ ਤਾਂ ਕਵਾਰੰਟਾਈਨ ਹੈ ਕਵਾਰੰਟਾਈਨ ਦੇ ਵਿੱਚ ਸ਼ਾਇਦ ਉਹ ਚਿੱਠੀਆਂ ਨਾ ਦੇਖਣ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਊਗੀ ਜੀ ਗੱਲ ਕਿ ਕੀ ਸਰਕਾਰ ਨੇ ਇਹ ਜੋ ਮਾਰਕੀਟ ਹੈ ਇਹਨਾਂ ਦੀ ਫਰਿਆਦ ਸੁਣੀ ਹੈ ਕਿ ਨਹੀਂ ਕਿਉਂਕਿ ਬਹੁਤ ਘਾਟਾ ਪੈ ਰਿਹਾ ਇਹਨਾਂ ਨੂੰ ਸ਼ਨੀ ਐਤਵਾਰ ਦੀਆਂ ਜਾਂ ਫਿਰ ਛੁੱਟੀ ਵਾਲੇ ਦਿਨ ਦੀਆਂ ਛੁੱਟੀਆਂ ਦੇ ਨਾਲ ਉਧਰ ਹੀ ਬਾੜੀ ਦੇ ਵਿੱਚ ਇੱਕ ਹੋਰ ਹਸਪਤਾਲ ਹੈ ਜਿਹਦੇ ਵਿੱਚ ਕਾਰਡੀਓ ਪਨੇਊਮੋਨਿਆ ਦਾ ਜਿਹੜਾ ਵਾਰਡ ਹੈਗਾ ਇੰਸਟੀਚੂਟੋ ਮੌਜੇਰੀ ਹੈ ਜੀ ਉਹਦੇ ਵਿੱਚ 30 ਪੋਜ਼ਿਟਿਵ ਨਿਕਲੇ ਜਿਸ ਕਾਰਨ ਜਿੰਨੇ ਉਹਦੇ ਵਿੱਚ ਮਰੀਜ਼ ਸਨ ਉਹਨਾਂ ਨੂੰ ਕਿਸੇ ਜਿਹੜੇ ਨਾਲ ਦੇ ਹੋਰ ਹਸਪਤਾਲ ਸੀ ਉਹਨਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਜਿਹੜੀ ਮੋਡਰਨ ਵੈਕਸੀਨ ਹੈ ਜਿਹੜੀ ਤੁਹਾਨੂੰ ਅਸੀਂ ਦੱਸਿਆ ਕਿ ਨਾਰਮਲ ਫ੍ਰਿਜਾਂ ਦੇ ਟੈਂਪਰੇਚਰ 2 ਤੋਂ 3 ਡਿਗਰੀ ਦੇ ਵਿੱਚ ਰਹਿ ਸਕਦੇ ਆ ਕਾਫੀ ਟਾਈਮ 6 ਮਹੀਨੇ ਤੱਕ ਇਹਨੂੰ ਤੁਸੀਂ ਕੱਢ ਸਕਦੇ ਆ ਇਹਦਾ ਅੱਜ ਮੋਡਰਨਾ ਵੈਕਸਿਨ ਨੂੰ 12 ਤੋਂ ਲੈ ਕੇ 18 ਸਾਲ ਤੱਕ ਉਮਰ ਦੇ ਜਿਹੜੇ ਨਾਬਾਲਗ ਬੱਚੇ ਨੇ ਉਹਨਾਂ ਦੇ ਉੱਤੇ ਵੀ ਹੁਣ ਟਰਾਈ ਕਰਨਾ ਸ਼ੁਰੂ ਕਰ ਦਿੱਤਾ ਗਿਆ ਜੀ 12 ਸਾਲ ਤੋਂ ਲੈ ਕੇ 18 ਸਾਲ ਜਿਨ੍ਹਾਂ ਦੀ ਉਮਰ ਪੂਰੀ ਨਹੀਂ ਹੋਈ ਉਹਨਾਂ ਦੇ ਉੱਤੇ ਹੁਣ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ ਜੀ ਮੋਡਰਨਾ ਨੇ ਕਿਉਂਕਿ ਇਹਨਾਂ ਨੇ ਜਿੰਨੀ ਵੀ ਅੱਜ ਤੱਕ ਜਿਹੜੀ ਟੈਸਟਿੰਗ ਕੀਤੀ ਸੀ ਸਾਰੀ ਦੀ ਸਾਰੀ ਟੈਸਟਿੰਗ ਇਹਨਾਂ ਨੇ 18 ਸਾਲ ਤੋਂ ਉੱਤੇ ਜਿਨ੍ਹਾਂ ਦੀ ਰੇਂਜ ਸੀਗੀ ਉਹਨਾਂ ਦੇ ਉੱਤੇ ਹੀ ਕੀਤੀ ਸੀ ਉਮਰ ਇਟਲੀ ਦੇ ਵਿੱਚ ਬਹੁਤ ਜ਼ਿਆਦਾ ਪ੍ਰੈਸ਼ਰ ਬਣਿਆ ਜੀ ਇਸ ਟਾਈਮ ਕਿ ਸਰਕਾਰ ਨੂੰ 25 ਤਰੀਕ ਤੇ 26 ਤਰੀਕ ਜੋ ਨੈਸ਼ਨਲ ਛੁੱਟੀਆਂ ਇੱਥੇ ਦੀ 크ਿਸਮਸ ਦੀਆਂ ਛੁੱਟੀਆਂ ਆ ਤੇ 1 ਜਨਵਰੀ ਨੂੰ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਦੇਣੀ ਚਾਹੀਦੀ ਜੀ ਹੁਣ ਕੋਨ ਤੇ ਜੀ ਉਹ ਵੀ ਡਾਟਾ ਨੂੰ ਅੜ ਗਏ ਕਹਿੰਦੇ ਨਾ ਬਈ ਮਸੀਂ ਅਸੀਂ ਜਿਹੜੇ ਨਵੀਂ ਗਿਣਤੀ ਆ ਇਹ ਘਟਾਈ ਆ 10% ਤੋਂ ਅਸੀਂ ਥੱਲੇ ਆਏ ਆ ਇਟਲੀ ਦੇ ਵਿੱਚ ਨਹੀਂ ਤਾਂ 10% ਤੋਂ ਕਾਫੀ ਉੱਤੇ ਚਲ ਗਏ ਹੁਣ ਤਕਰੀਬਨ 9.87 9.80 ਪਰ 9.80% ਜਿਹੜੀ ਆ ਤਾਸੂ ਰਹਿ ਗਿਆ ਜੀ ਇਹਦਾ ਵੀ ਕਿੰਨੇ ਬੰਦੇ ਦਸਾਂ ਵਿੱਚੋਂ 9 100 ਦੇ ਵਿੱਚ 9 ਬੰਦਾ ਜਿਹੜਾ ਪੋਜ਼ਿਟਿਵ ਹੋ ਰਿਹਾ ਜਣੀ ਘਟਾ ਦਿੱਤੀ ਉਹਨਾਂ ਨੇ ਕਾਫੀ ਪਾਬੰਦੀਆਂ ਕਰਨ ਇੱਕ ਦਿਨ ਸਰਕਾਰ ਕਹਿੰਦੀ ਹੈ ਜੀ 25 26 ਤਰੀਕ ਨੂੰ ਤੁਸੀਂ ਨਹੀਂ ਨਿਕਲ ਸਕਦੇ ਦੂਜੇ ਦਿਨ ਕਹਿੰਦੇ ਅਸੀਂ ਗੱਲ ਕਰਾਂਗੇ ਤੀਸਰੇ ਦਿਨ ਗੱਲ ਆ ਜਾਂਦੀ ਹੈ ਅਸੀਂ ਇਹਦੇ ਉੱਤੇ ਸੋਚ ਵਿਚਾਰ ਕਰਾਂਗੇ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਮੁੱਕ ਦੀ ਗੱਲ ਇਹ ਹੈ ਜੀ ਕਿ ਨਤਾਲਿਆਂ ਤੋਂ 25 26 ਤਰੀਕ ਤੋਂ 1-2 ਦਿਨ ਪਹਿਲਾਂ ਇਹਨਾਂ ਨੇ ਕਹਿ ਦੇਣਾ ਕਿ ਤੁਸੀਂ 25 ਨੂੰ 26 ਨੂੰ ਘੁੰਮ ਫਿਰ ਲਓ 1 ਤਰੀਕ ਨੂੰ ਘੁੰਮ ਲਓ ਮੇਰੇ ਸਾਵਨ ਹੁਣ ਤਾਂ ਨਹੀਂ ਕਹਿ ਰਹੇ ਨਹੀਂ ਤਾਂ ਲੋਕਾਂ ਨੇ ਪਹਿਲਾਂ ਤੋਂ ਅਟੀਆਂ ਸਟੀਆਂ ਲਾ ਲੈਣੀਆਂ ਵੀ ਮੈਂ ਫਲਾਨੀ ਜਗ੍ਹਾ ਉਦੋਂ ਨੂੰ ਮਿਲੂੰਗਾ ਤੂੰ ਉੱਥੇ ਆ ਜੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਜੀ ਹਰ ਇੱਕ ਮੁਮਕਿਨ ਕੋਸ਼ਿਸ਼ ਕਰ ਰਹੀ ਹੈ ਵੀ ਕਿਸੇ ਵੀ ਤਰ੍ਹਾਂ ਇਹ ਜੋ ਵਾਇਰਸ ਹੈ ਇਹਨੂੰ ਫੈਲਣ ਤੋਂ ਰੋਕਿਆ ਜਾਵੇ ਜੀ ਅਤੇ ਨਵੇਂ ਕਾਨੂੰਨਾਂ ਦੇ ਹਿਸਾਬ ਨਾਲ ਜੇ ਕਰ ਰਹੇ ਸੀ ਗੱਲ ਕਰੀ ਜਿਹੜੇ ਅ 10 ਤਰੀਕ ਤੋਂ ਲੈ ਕੇ 20 ਦਸੰਬਰ ਤੱਕ ਜਿਹੜੇ ਕਾਨੂੰਨ ਨੇ ਜੋ ਤੁਹਾਨੂੰ ਸਾਰਿਆਂ ਨੂੰ ਅਸੀਂ ਦੱਸਿਆ ਇਹਦੇ ਵਿੱਚ ਜਿੰਨੇ ਵੀ ਬੰਦਿਆਂ ਨੇ ਇਟਲੀ 'ਚ ਐਂਟਰ ਹੋਣਾ ਨਾ ਇਟਲੀ ਨੇ ਪੂਰੇ ਦੇ ਪੂਰੇ ਯੂਰਪ ਨੂੰ ਵੀ ਰੈੱਡ ਜ਼ੋਨ ਡਿਕਲੇਅਰ ਕਰਤਾ ਜੀ ਪੇਪਰਾਂ ਦੇ ਵਿੱਚ ਕਿਸੇ ਹਿਸਾਬ ਦੇ ਨਾਲ ਅੱਜ 10 ਤੋਂ ਲੈ ਕੇ 20 ਦਸੰਬਰ ਤੱਕ ਜਿੰਨੇ ਬੰਦਿਆਂ ਨੇ ਐਂਟਰ ਹੋਣਾ ਤਕਰੀਬਨ 3.5 ਲੱਖ ਬੰਦਾ ਇਟਲੀ ਦੇ ਵਿੱਚ ਐਂਟਰ ਹੋਣਾ ਇਹਨਾਂ 10 ਦਿਨਾਂ ਦੇ ਵਿੱਚ ਇਹ 10 ਦਿਨਾਂ ਦੇ ਵਿੱਚ 3.5 ਲੱਖ ਬੰਦੇ ਨੇ ਘੱਟ ਤੋਂ ਘੱਟ ਇਟਲੀ 'ਚ ਐਂਟਰ ਹੋਣ ਤੋਂ 48 ਘੰਟੇ ਪਹਿਲਾਂ ਟੈਸਟ ਕਰਾਇਆ ਹੋਣਾ ਚਾਹੀਦਾ ਨਹੀਂ ਤਾਂ ਇਟਲੀ ਜਾਣਾ ਕਵਾਰੰਟਾਈਨ ਹੋਣਾ ਪੈਣਾ ਕਵਾਰੰਟਾਈਨ 10 ਦਿਨ ਜਾਂ ਫਿਰ 14 ਦਿਨ ਉਹਨਾਂ ਨੂੰ ਰਹਿਣਾ ਪੈਣਾ ਜੀ ਫਿਰ ਉਹ ਕੰਮ ਤੇ ਨਹੀਂ ਜਾ ਸਕਦੇ ਸ਼ਾਇਦ ਜਿਸ ਘਰ ਜਾਣਾ ਉਹ ਘਰ ਦੇ ਵਿੱਚ ਜਿਹੜੇ ਬੰਦੇ ਆ ਉਹਨਾਂ ਨੂੰ ਵੀ ਫਿਰ ਕਵਾਰੰਟਾਈਨ ਹੋਣਾ ਪੈ ਸਕਦਾ ਜੀ ਉਦੋਂ ਅਮਰੀਕਾ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਜੀ ਬਹੁਤ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ तकरीबन ਇੱਕ ਦਿਨ ਦੇ ਵਿੱਚ ਜਿਹੜੀ ਗਿਣਤੀ ਸਾਹਮਣੇ ਆ ਰਹੀ ਹੈ ਕਿ 3000 ਤੋਂ ਵੱਧ ਮੌਤਾਂ ਅਮਰੀਕਾ ਦੇ ਵਿੱਚ ਇੱਕ ਦਿਨ ਦੇ ਵਿੱਚ ਦਰਜ ਹੋਈਆਂ ਨੇ ਜੋ ਕਿ ਬਹੁਤ ਵੱਡੀ ਗਿਣਤੀ ਹੈ ਜੇਕਰ ਐਗਜੈਕਟ ਗਿਣਤੀ ਗਿर्थी देखी ਜਾਏ ਤਾਂ 313100 ਮਰੀਜ਼ਾਂ ਦੀ ਮੌਤ ਹੋਈ ਉਸ ਤੋਂ 6 ਦਿਨ ਪਹਿਲਾਂ 2800 ਮਰੀਜ਼ਾਂ ਦੀ ਮੌਤ ਹੋਈ ਸੀ ਤੇ ਟੋਟਲ ਨਵੇਂ ਜਿਹੜੇ ਕੇਸ ਆਏ ਸੀ 221000 ਤਕਰੀਬਨ ਇੱਕ ਦਿਨ ਦੇ ਵਿੱਚ ਕੇਸ ਆਏ ਸੀ ਜੋ ਬਹੁਤ ਹੀ ਜ਼ਿਆਦਾ ਹੁਣ ਤੱਕ ਦੀ ਗਿਣਤੀ ਦੇ ਵਿੱਚ ਮੰਨਿਆ ਜਾ ਰਿਹਾ ਹੈ ਜੀ ਉਧਰ ਬਾਰੀ ਨੇ ਵੀ ਇੱਕ ਆਪਣਾ ਨਵਾਂ ਕਾਨੂੰਨ ਜਾਰੀ ਕਰਤਾ ਹੁਣੇ ਅਸੀਂ ਜਿਸ ਟਾਈਮ ਰਿਕਾਰਡਿੰਗ ਕਰ ਰਹੇ ਹਾਂ ਨਵਾਂ ਫਰਮਾਨ ਉੱਥੇ ਦਾ ਵੀ ਆ ਗਿਆ ਜੀ ਬਾਰੀ ਦੇ ਵਿੱਚ 24 ਤੋਂ ਲੈ ਕੇ 31 ਦਸੰਬਰ ਤੱਕ ਜਿਹੜੇ ਬਾਰੀ ਦਾ ਸਿੰਧ ਕੋ ਅੰਤੌਨੀਓ ਅਧਿਕਾਰੋ ਨੇ ਨਵਾਂ ਕਾਨੂੰਨ ਸਾਈਨ ਕਰ ਦਿੱਤਾ ਜੀ ਉਹਦੇ ਹਿਸਾਬ ਦੇ ਨਾਲ ਜਿੰਨੀਆਂ ਵੀ ਦੁਕਾਨਾਂ ਨੇ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਦਿਨ ਦੇ 1 ਵਜੇ ਉਹਨਾਂ ਨੂੰ ਬੰਦ ਹੋਣਾ ਪੈਣਾ ਤੇ ਉਸ ਤੋਂ ਬਾਅਦ ਜਿੰਨੀਆਂ ਵੀ ਆਪਣੀਆਂ ਇਹ ਰੈਸਟੋਰੈਂਟ ਹੋ ਗਏ 바ਰ ਹੋ ਗਏ ਅਤੀਵਿਤਾ ਦੀ ਰਿਚ ਟੋਰਾਜ਼ੋਨੇ ਇਹਨਾਂ ਨੂੰ ਬੰਦ ਹੋਣਾ ਪੈਣਾ ਬੰਦ ਕਰਨਾ ਪੈਣਾ 11 ਵਜੇ ਤੇ 11 ਵਜੇ ਬੰਦ ਕਰਨਾ ਪੈਣਾ ਉਸ ਤੋਂ ਬਾਅਦ divieto di estacionamento in 29 strada ਦੇ ਪਿਆਸੇ ਦੇਲਾ ਚੀਤਾ ਬਾਰੀ ਦੇ ਪਿਆਸੇ ਤੇ 29 ਜਿਹੜੀਆਂ ਗਲੀਆਂ ਉਹਨਾਂ ਦੇ ਵਿੱਚ ਪਾਰਕਿੰਗ ਲਾਣਾ ਮਨਾ ਦੀ ਇਹ ਤਾਂ ਇਸ ਤਰ੍ਹਾਂ ਮੈਂ ਤਾਂ ਉਹਨਾਂ ਦੇ ਵਿੱਚ ਤੁਸੀਂ ਇੱਕ ਕਿਸਮ ਨਾਲ ਉਹਨਾਂ ਨੇ ਆਣਾ ਜਾਣਾ ਮਨਾ ਕਰਤਾ ਤੁਸੀਂ ਉੱਥੇ ਰੋਕ ਨਹੀਂ ਸਕਦੇ ਸਿਰਫ ਲੰਘ ਸਕਦੇ ਹੋ ਤੇ ਜਿਹੜਾ ਸ਼ਾਪਿੰਗ ਨੂੰ ਘਟਾਉਣ ਦੇ ਲਈ ਸਭ ਕੁਝ ਕੀਤਾ ਕੀਤਾ ਜਾ ਰਿਹਾ ਹੁਣੇ ਲਾਈਵ ਦੇ ਵਿੱਚ ਹੀ ਰਿਕਾਰਡਿੰਗ ਵੇਲੇ ਅਸੀਂ ਜਿਹੜੀ ਖਬਰਾਂ ਪੜ੍ਹ ਰਹੇ ਹਾਂ ਬਾਕੀ ਜਿਹੜੀਆਂ ਖਬਰਾਂ ਅਸੀਂ ਪਹਿਲੇ ਪੜ੍ਹ ਚੁੱਕੇ ਸੀ ਇਸ ਕਰਕੇ ਉਹਨਾਂ ਬਾਰੇ ਸਾਨੂੰ ਪਤਾ ਹੈ ਜੇ ਅਸੀਂ ਸਪੇਨ ਵੱਲ ਚਲੀਏ ਤਾਂ ਸਪੇਨ ਦੇ ਵਿੱਚ 45000 ਟੋਟਲ ਜਿਹੜੀ ਗਿਣਤੀ 45000 ਮਰੀਜ਼ਾਂ ਦੀ ਹੋਈ ਸੀ ਕਦੋਂ ਮਾਰਚ ਅਪ੍ਰੈਲ ਮਈ ਦੇ ਵਿੱਚ ਸਪੇਨ ਦੇ ਵਿੱਚ 45000 ਮਰੀਜ਼ਾਂ ਦੀ ਮੌਤ ਹੋਈ ਤੇ ਉਹਨਾਂ ਨੇ ਡਿਕਲੇਅਰ ਕਿੰਨਾ ਕੀਤਾ ਏ 18000 18000 ਡਿਕਲੇਅਰ ਕੀਤਾ ਤੇ 45000 ਬੰਦਿਆਂ ਦੀ ਮੌਤ ਹੋਈ ਸੀ ਇਹ ਜੀ ਉੱਥੇ ਦੇ ਜਿਹੜੀ ਇੰਸਟੀਟੂਤੋ ਨੈਸ਼ਨਾਲੇ ਦੀ ਸਟੈਟਿਸਟੀਕਾ ਦੇ ਇਟਲੀ ਦੇ ਵਿੱਚ ਇਸ ਤਰ੍ਹਾਂ ਦਾ ਜਿਹੜੀ ਗਿਣਤੀ ਕਰਦੇ ਆ ਜਿਹੜੇ ਉੱਥੇ ਦਾ ਗਿਣਤੀ ਕਰਨ ਵਾਲਾ ਵਿਭਾਗ ਉਹਨਾਂ ਨੇ ਫਿਰ ਚੈੱਕ ਕੀਤਾ ਤੇ ਉਹਨੂੰ ਪਤਾ ਲੱਗਾ 18000 ਨਹੀਂ ਉੱਥੇ ਮਰਨ ਵਾਲਿਆਂ ਦੀ ਗਿਣਤੀ 45000 ਹੋ ਗਈ ਸੀ ਉਹਨਾਂ ਦੇ ਵਿੱਚ 34000 ਤਾਂ ਸ਼ੋਰ ਆ ਜਿਨ੍ਹਾਂ ਨੂੰ ਕੋਵਿਡ ਹੋਇਆ ਸੀ ਬਾਕੀ ਸਿਰਫ ਸ਼ੱਕ ਦੇ ਘੇਰੇ ਚਾ ਜਿਹੜੇ ਬਾਕੀ ਬੰਦੇ ਆ ਵੀ ਉਹਨਾਂ ਨੂੰ ਵੀ ਕੋਵਿਡ ਸੀ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ ਚੱਲਦੇ ਆ ਇੱਕ ਹੋਰ ਕਾਨੂੰਨ ਵੱਲ ਨੂੰ ਜੋ ਕਿ ਕੰਪਨੀਆਂ ਦੇ ਵਿੱਚ ਹੈ ਜੀ ਕੰਪਨੀਆਂ ਦੇ ਵਿੱਚ ਆਪਣੇ ਵਿਨਚੈਂਸੋ ਦੇ ਲੋਕਾਂ ਨੂੰ ਤਾਂ ਹੁਣ ਤੁਸੀਂ ਜਾਣ ਚੁੱਕੇ ਹੋ ਫੋਟੋ ਦੇ ਵਿੱਚ ਦੇਖ ਰਹੇ ਹੋ ਵਿਨਚੈਂਸੋ ਦੇ ਲੋਕ ਆ ਜੀ ਨਵਾਂ ਫਰਮਾਨ ਜਾਰੀ ਕਰਤਾ ਸਰਕਾਰ ਨੂੰ ਨਿਊ ਡੀ ਕੇ ਸਰਕਾਰ ਕਿਹੜੇ ਫਰਮਾਨ ਜਾਰੀ ਕਰਦੇ ਆ ਜੀ ਕਰਤਾ ਜੀ ਕੀ ਲਿਖਿਆ ਜੀ ਇਹਦੇ ਵਿੱਚ ਕਹਦੇ ਜੀ ਸਟਾਪ ਆਈ ਦੀ ਵੈਰਸ਼ੀਸ ਪੋਸਟਾ ਮੈਂਤੀ ਰਜੋਨੇ ਤੇ ਤੁਸੀਂ ਆਪਣੇ ਰਜੋਨੇ ਦੇ ਵਿੱਚ ਘੁੰਮ ਫਿਰ ਨਹੀਂ ਸਕਦੇ ਆਪਣੇ ਦੂਜੇ ਘਰਾਂ ਵੱਲ ਵੀ ਤੁਸੀਂ ਨਹੀਂ ਜਾ ਸਕਦੇ ਉਸ ਤੋਂ ਬਾਅਦ ਕਹਿ ਰਹੇ ਨੇ ਜੀ 에어ਪੋਰਟਾਂ ਤੇ ਸਟੇਸ਼ਨਾਂ ਤੇ ਬੱਸ ਸਟੇਜਨ ਬੱਸ ਸਟੈਂਡ ਹੋਗਾ ਜਾਂ ਫਿਰ ਰੇਲਵੇ ਸਟੇਸ਼ਨ ਹੋਗਾ ਜੀ ਉਹਨਾਂ ਦੇ ਉੱਤੇ ਪੁਲਿਸ ਤੈਨਾਤ ਕੀਤੀ ਜਾਊਗੀ ਜੀ ਚੈੱਕ ਕਰਨ ਦੇ ਲਈ ਛਾਪੇਮਾਨ ਦੇ ਲਈ ਬੰਦਿਆਂ ਨੂੰ ਚੈਕਿੰਗ ਕਰਨ ਦੇ ਲਈ ਜੀ ਤੇ ਪੂਰੀ ਜਿਹੜੀ ਦੀ ਡਿਟੇਲ ਅੱਜ ਰਾਤ ਨੂੰ ਅੱਜ ਰਾਤ ਨੂੰ ਸਾਡੇ ਪੂਰੇ মিডিਆ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਨੇ ਪਾ ਦਣੀ ਹੈ ਜੀ ਇੰਗਲੈਂਡ ਦੀ ਜੀ ਗੱਲ ਕਰੀਂ ਇੰਗਲੈਂਡ ਦੇ ਵਿੱਚ ਤਕਰੀਬਨ 21000 ਨਵਾਂ ਕੇਸ ਆ 20964 ਨਵਾਂ ਟੋਟਲ ਕੇਸ ਆ ਜੀ ਤੇ ਗਿਣਤੀ ਹੈ ਜੋ ਲਗਾਤਾਰ ਵੱਧਦੀ ਜਾ ਰਹੀ ਹੈ ਫਰਾਂਸ ਦੇ ਵਿੱਚ ਵੀ ਇੱਕ ਨਵਾਂ ਕਾਨੂੰਨ ਲਾਗੂ ਹੋ ਗਿਆ ਕਿਹੜਾ ਕਾਨੂੰਨ ਲਾਗੂ ਹੋ ਗਿਆ ਜੀ 15 ਦਸੰਬਰ ਤੋਂ ਕੋਪਰੀ ਫੋਕ ਕਾਰਫਿਊ ਦਾ ਸਿਸਟਮ ਲਾਜਣਾ ਕਿਸ ਟਾਈਮ ਲੱਗਣਾ ਜੀ ਕਾਰਫਿਊ ਲੱਗਣਾ ਰਾਤ ਦੇ 8 ਤੋਂ ਲੈ ਕੇ ਸਵੇਰ ਦੇ ਸਵੇਰ ਦੇ 6 ਵਜੇ ਤੱਕ ਲੱਗੂਗਾ ਕਰਫਿਊ 15 ਦਸੰਬਰ ਤੋਂ ਲੱਗੂ ਹੋਣਾ ਨਵੇਂ ਸਾਲ ਨੂੰ ਵੀ ਸਰਕਾਰ ਕਹਿ ਰਹੀ ਹੈ ਫ੍ਰਾਂਸ ਦੀ ਕਿ ਬੰਦੇ ਆ ਜਿਹੜੇ ਆਪਣੇ ਘਰਾਂ ਤੋਂ ਤਾਂ ਹੀ ਨਿਕਲਣ ਜੇਕਰ ਉਹਨਾਂ ਨੂੰ ਲੋੜ ਜ਼ਰੂਰੀ ਕੰਮ ਪੈ ਗਿਆ ਨਹੀਂ ਤਾਂ ਘਰਾਂ ਤੋਂ ਬਾਹਰ ਨਾ ਨਿਕਲਣ ਘਰਾਂ ਤੋਂ ਬਾਹਰ ਨਿਕਲਣ ਦੇ ਲਈ ਜਿੱਦਾਂ ਇਟਲੀ ਦੇ ਵਿੱਚ ਫਾਰਮ ਇਸ ਤਰ੍ਹਾਂ ਹੀ ਉੱਥੇ ਵੀ ਜਿਹੜਾ ਫਾਰਮ ਆ ਭਰਨਾ ਪਿਆ ਕਰਨਾ ਜੀ ਰਾਤ ਦੇ 8 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਘਰਾਂ ਤੋਂ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਕਰਫਿਊ ਲੱਗ ਗਿਆ ਫ੍ਰਾਂਸ ਦੇ ਵਿੱਚ 15 ਦਸੰਬਰ ਤੋਂ ਜੀ ਜਿੱਤੇ ਹੀ ਉਹਨਾਂ ਨੇ ਆਪਣਾ ਪੂਰਾ ਲੋਕਡਾਊਨ ਦਾ ਸਿਸਟਮ ਕਰਤਾ ਜੀ ਆਪਣੀਆਂ ਪਾਬੰਦੀਆਂ ਵਧਾਈਆਂ ਉੱਥੇ ਹੀ ਉਹਨਾਂ ਨੇ ਇੱਕ ਛੂਟ ਵੀ ਦਿੱਤੀ ਹੈ ਜੀ ਬੰਦਿਆਂ ਨੂੰ ਕਿਹੜੀ ਛੂਟ ਦਿੱਤੀ ਆ ਕਹਿ ਰਿਹਾ ਹੈ ਜੀ ਕਿ 25 ਅਤੇ 26 ਤਰੀਕ ਨੂੰ ਤੁਸੀਂ ਜਿੱਦਾਂ ਮਰਜ਼ੀ ਕੋ ਮੌਰਾਤ ਨੂੰ 25 ਦਸੰਬਰ 26 ਦਸੰਬਰ ਦੀ ਰਾਤ ਨੂੰ ਬੰਦੇ ਆ ਜਾ ਸਕਦੇ ਆਪਣੇ ਯਾਰਾਂ ਮਿੱਤਰਾਂ ਬੈਲੀਆਂ ਰਿਸ਼ਤੇਦਾਰਾਂ ਦੇ ਘਰ ਨੂੰ ਆ ਜਾ ਸਕਦੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ ਕਿ ਜੇਕਰ ਕੋਈ ਰੋਗ ਟੋਕ ਆ ਬਾਕੀ ਦਿਨਾਂ ਦੇ ਵਿੱਚ ਤੇ ਜੋ ਫਰਾਂਸ ਨੇ ਕੀਤਾ ਤਕਰੀਬਨ ਸੇਮ ਟੂ ਸੇਮ ਇਟਲੀ ਦੇ ਵਿੱਚ ਵੀ ਹੋ ਜਾਣਾ ਇਹ ਸਿਰਫ ਸਾਡਾ ਇੱਕ ਆਈਡੀਆ ਆ ਤੁਸੀਂ ਇਹਨੂੰ ਪੱਕਾ ਨਾ ਸਮਝੋ ਲੋਂਬਰਦੀਆ ਐਤਵਾਰ ਤੋਂ ਲੋਂਬਰਦੀਆ ਹੋ ਗਿਆ ਤੇ ਆਪਣੇ ਜਿਹੜੇ ਚਾਰ ਤੁਹਾਨੂੰ ਦੱਸੇ ਸੀਗੇ ਲੋਂਬਰਦੀਆ ਪੀਲਾ ਜ਼ੋਨ ਹੋ ਜਾਣਾ ਜੀ ਐਤਵਾਰ ਤੋਂ ਐਤਵਾਰ ਤੋਂ ਪਹਿਲਾਂ ਕਿਸੇ ਪਾਸੇ ਨੂੰ ਮੂਵ ਨਾ ਹੋਇਆ ਮੈਨੂੰ ਇੱਕ ਕਮੈਂਟ ਦੇ ਵਿੱਚ ਸਵਾਲ ਪੁੱਛਿਆ ਸੀ ਜੀ ਕਿ ਮੈਂ ਮਾਨਤਵੇ ਤੋਂ ਵਰੋਨਾ ਜਾ ਸਕਦਾ ਹਾਂ ਜੀ ਜਿਹੜਾ ਪੀਲੇ ਜ਼ੋਨ ਤੋਂ ਤੁਸੀਂ ਪੀਲੇ ਜ਼ੋਨ ਦੇ ਵਿੱਚ ਮੂਵਮੈਂਟ ਕਰਨੀ ਆ ਫਿਰ ਰਸਤੇ 'ਚ ਭਾਵੇਂ ਕੋਈ ਰੈੱਡ ਜ਼ੋਨ ਵੀ ਆ ਨਾ ਤੁਹਾਨੂੰ ਕੋਈ ਕੁਝ ਨਹੀਂ ਕਹੂਗਾ। ਨਾ ਹੀ ਕੋਈ ਫਾਰਮ ਦੀ ਲੋੜ ਆ ਰਾਤ ਦੇ 10 ਤੋਂ ਸਵੇਰ ਦੇ 5 ਵਜੇ ਤੱਕ ਤੁਹਾਨੂੰ ਜਿਹੜੇ ਫਾਰਮ ਉਹਨਾਂ ਦੀ ਲੋੜ ਜ਼ਰੂਰ ਪੈਣੀ ਹੈ ਜੀ। ਤੇ ਚੱਲਦੇ ਆ ਜੀ ਆਪਣੀਆਂ ਮੇਨ ਖਬਰਾਂ ਵੱਲ ਜੋ ਤੁਹਾਨੂੰ ਕਮੈਂਟ ਵਿੱਚ ਦੱਸੀ ਸ਼ੁਰੂਆਤ ਵਿੱਚ ਦੱਸੀ ਇਸ ਤੋਂ ਪਹਿਲਾਂ ਕਿ ਇਹ ਰਿਕਾਰਡਿੰਗ ਦੇ ਵਿੱਚ ਭੁੱਲ ਜਾਈ ਆਪਣੀ ਕਿਹੜੀ ਖਬਰ ਸੀ। ਇੱਕ ਖਬਰ ਸੀ 에어ਪੋਰਟ ਤੇ ਫੜ ਹੋਏ ਨੇ ਜੀ ਪੈਸੇ 20000 ਰੁਪਏ ਫੜ ਹੋਇਆ ਜੀ। ਨਾਰਮਲ ਗਲਸੀ ਨਰੂਡਿਨ ਚੈੱਕ ਅਪ ਹੋ ਰਿਹਾ ਹੀ ਇਟਲੀ ਤੋਂ ਚੱਲੀ ਹੀ ਇੰਡੀਆ ਨੂੰ ਫਲਾਈਟ ਚੱਲੀ ਸੀ ਪਹਿਲਾਂ ਜਣੀ ਸੀ ਮਿਲਾਨ ਤੋਂ ਦੁਬਈ ਦੁਬਈ ਤੋਂ ਜਾਣੀ ਸੀ ਕੋਚੀ ਨੂੰ ਫਾਈਲ ਜਾਣੀ ਸੀ ਆਪਣਾ ਸੌਰੀ ਫਲਾਈਟ ਜਾਣੀ ਪੁੱਛਿਆ ਗਿਆ ਕਿੰਨੇ ਪੈਸੇ ਆ ਦੱਸਿਆ ਗਿਆ ਕਿ ਮੇਰੇ ਕੋਲ ਜਿਹੜੇ ਪੈਸੇ ਆ 10000 ਤੋਂ ਘੱਟ ਆ ਡਿਕਲੇਅਰ ਕੀਤਾ ਮੇਰੇ ਕੋਲੋਂ 10000 ਤੋਂ ਘੱਟ ਜਦੋਂ ਚੈਕਿੰਗ ਕੀਤੀ ਛਾਪਾਂ ਮਾਰਿਆ ਹੈਂਡਬੈਗ ਦੀ ਜੇਬਾਂ 'ਚ ਜੋ ਤਕਰੀਬਨ 7500 ਦਾ ਹੈਂਡਬੈਗ ਦੇ ਵਿੱਚੋਂ ਨਿਕਲ ਗਿਆ ਬਾਕੀ ਟੋਟਲ ਜਿਹੜਾ ਪੈਸਾ 20350 ਨਿਕਲਿਆ ਤੇ ਲੈ ਕੇ ਜਾ ਸਕਦੇ 10000 ਇਹ ਜੋ 10350 ਨਿਕਲਿਆ ਇਹਦੇ ਉੱਤੇ ਡਿਟੇਲ ਤੁਹਾਨੂੰ ਅਸੀਂ ਬਾਅਦ 'ਚ ਦੱਸਾਂਗੇ ਜੋ ਐਕਸਟਰਾ ਪੈਸੇ ਹੁੰਦੇ ਨਾ 10000 ਇਹਦੇ ਉੱਤੇ 40% ਉਹ ਜ਼ਬਤ ਕਰ ਸਕਦੇ ਤੇ 5% ਦਾ ਤੁਹਾਨੂੰ ਜੁਰਮਾਨਾ ਹੁੰਦਾ ਘੱਟ ਤੋਂ ਘੱਟ 300 ਜੇ ਤੁਸੀਂ ਦੱਸਣ ਦੇਣਾ ਚਤਾਰਦੰਨੇ ਆ ਰੀਦੋਤਾ ਹੁੰਦਾ ਘੱਟ ਤੋਂ ਘੱਟ 200 ਤੋਂ ਲੈ ਕੇ ਉਹ ਪਤਾ ਨਹੀਂ ਕਿੰਨੇ ਤੱਕ 3-4000 ਤੱਕ ਜੁਰਮਾਨਾ ਹੋ ਸਕਦਾ ਤੇ ਜਿਹੜੇ ਜ਼ਬਤ ਕੀਤੇ ਪੈਸੇ ਆ ਇਹ ਵੀ ਤੁਹਾਡੇ ਕੋਲ ਟਾਈਮ ਹੁੰਦਾ ਆ ਕਾਫੀ ਇਹ ਵੀ ਤੁਹਾਡੇ ਕੋਲ ਟਾਈਮ ਹੁੰਦਾ ਵੀ ਤੁਸੀਂ ਇਹ ਜ਼ਬਤ ਕੀਤਾ ਜੇਕਰ ਪੈਸਾ ਵਾਪਸ ਲੈਣਾ ਚਾਹਦੇ ਆ ਸਰਕਾਰ ਤੋਂ ਤੁਹਾਨੂੰ ਉਹ ਸਰਕਾਰ ਵਾਪਸ ਦੇ ਸਕਦੀ ਆ ਤੇ ਇਸ ਤੋਂ ਬਾਅਦ ਪੂਰੇ ਦੇ ਪੂਰੇ ਨੂੰ ਵੀ ਜ਼ਬਤ ਕੀਤਾ ਜਾ ਸਕਦਾ ਇਹਦੇ ਉੱਤੇ ਇਹ ਨਹੀਂ ਕਿ ਤੁਸੀਂ ਪੈਸੇ 10000 ਤੋਂ ਵੱਧ ਨਹੀਂ ਲੈ ਕੇ ਜਾ ਸਕਦੇ ਲੈ ਕੇ ਜਾ ਸਕਦੇ ਕਿੱਦਾਂ ਲੈ ਕੇ ਜਾ ਸਕਦੇ ਆ ਸੋ ਇਹਨੂੰ ਵੀਡੀਓ ਬਣਾਵਾਂਗੇ ਜੇਕਰ ਤੁਸੀਂ ਕਮੈਂਟਾਂ ਦੇ ਵਿੱਚ ਕਿਸੇ ਨੇ ਇੱਕ ਨੇ ਵੀ ਪੁੱਛ ਲਿਆ ਕਿ ਸਾਨੂੰ ਦੱਸੋ ਕੇਸ ਹਸਾ ਦੇ ਨਾਲ ਪੈਸੇ ਲੈ ਕੇ ਜਾਣੇ ਆ ਤਾਂ ਫਿਰ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗੇ ਕਾਨੂੰਨ ਕੀ ਕਹਿੰਦਾ ਕੇਸ ਹਸਾ ਦੇ ਨਾਲ ਕਾਨੂੰਨ ਦੇ ਧਾਰੇ ਦੇ ਵਿੱਚ ਰਹਿ ਕੇ ਤੁਸੀਂ ਪੈਸੇ ਲੈ ਕੇ ਜਾ ਸਕਦੇ ਆ ਚੱਲਦੇ ਆ ਜੀ ਆਪਣੀਆਂ ਏਜੰਟਾਂ ਦੀ ਖਬਰ ਵੱਲ ਕਿ ਏਜੰਟ ਜਿਹੜੇ ਫੜ ਹੋਏ ਨੇ ਕਿੱਥੇ ਫੜ ਹੋਏ ਨੇ ਕਿੱਦਾਂ ਫੜ ਹੋਏ ਨੇ ਦੇਖੋ ਜੀ ਏਜੰਟਾਂ ਦਾ ਕੰਮ ਆ ਏਜੰਟੀ ਕਰਨਾ ਲੋਕਾਂ ਨੂੰ ਲੁੱਟਣਾ ਤੇ ਉਹਨਾਂ ਤੋਂ ਪੈਸੇ ਵਸੂਲਣੇ ਪਰ ਅੱਜ ਕੱਲ ਜਿਹੜੇ ਪਹਿਲਾਂ ਹੁੰਦਾ ਸੀ ਪਹਿਲਾਂ ਪਲੇ ਟਾਈਮ ਹੁੰਦੇ ਸੀ ਜਦੋਂ ਬੰਦਿਆਂ ਤੋਂ 10 ਲੱਖ 20 ਲੱਖ ਜਦੋਂ ਏਜੰਟ ਲੁੱਟ ਲੈਂਦੇ ਫੇਰ ਵੀ ਬੰਦਾ ਕਹਿੰਦਾ ਚੱਲ ਕੋਈ ਨਹੀਂ ਯਾਰ ਔਖਾ ਸੌਖਾ ਮੈਂ ਇੱਥੇ ਪਹੁੰਚ ਗਿਆ ਕਾਹਨੂੰ ਕਿਸੇ ਕਿਸੇ ਸਰ ਕੇਸ ਕਰਨਾ ਮੋਲ ਦੀ ਲੜਾਈ ਲੈਣੀ ਪਰ ਅੱਜ ਕੱਲ੍ਹ ਜਮਾਨਾ ਬਦਲ ਗਿਆ ਦੁਨੀਆ ਬਦਲ ਗਈ ਕੁਝ ਤਾਂ YouTube ਤੇ ਚੈਨਲ ਨੇ ਜਿਹੜੇ ਇਨਫੋਰਮੇਸ਼ਨ ਆ ਤੁਹਾਨੂੰ ਦਿੰਦੇ ਨੇ ਉਹਨਾਂ ਕਰਕੇ ਜਾਂ ਹੋ ਸਕਦਾ ਜਾਂ ਫਿਰ ਬੰਦਿਆਂ 'ਚ ਗੁੱਸਾ ਹੁੰਦਾ ਜੀ ਪੈਸੇ ਕਿਹੜਾ ਥੋੜੇ ਥੋੜੇ ਕੀਤੇ ਤੂਏ ਹੁੰਦੇ ਆ ਬਣਦੇ ਆ ਹੁਣ ਜਿਹੜੇ ਏਜੰਟ ਫੜ ਹੋਏ ਆ ਜੀ ਏਜੰਟ ਫੜ ਹੋਏ ਆ ਜੀ ਭੁਤ ਇਨਸਾਨ ਦੇ ਵਿੱਚ 16 ਏਜੰਟ ਫੜੋਇਆ 56 ਬੰਦਿਆਂ ਦੇ ਉੱਤੇ ਇਨਕੁਆਰੀ ਚੱਲੀ ਆ ਹੁਣ ਜਿਨ੍ਹਾਂ ਦੀ ਇਨਕੁਆਰੀ ਚੱਲੀ ਉਹਨਾਂ ਨੇ ਤਾਂ ਜੀ ਮੰਨ ਲਿਆ ਕੀ ਮੰਨਿਆ ਜੀ ਮੰਨਿਆ ਜੀ ਕਿ 20ਤੀ ਦੀ ਇੰਗਰੇਸੋ ਜਿਹੜੇ ਵੀਜ਼ਾ ਡੁਪਲੀਕੇਟ ਵੀਜ਼ੇ ਕਿਉਂਕਿ ਪੇਪਰ ਝਾਲੀ ਪੇਪਰਾਂ ਤੇ ਬਣਦੇ ਸੀਗੇ ਉਸ ਤੋਂ ਬਾਅਦ ਡੁਪਲੀਕੇਟ ਕੰਟਰੈਕਟਰ ਦੇ ਕੰਮ ਕੌਂਟਰੈਕਟੋ ਆ ਜਿਹੜੇ ਕੌਂਟਰੈਕਟ ਦੀ ਲੋਰੋ ਫਾਜੂਲੀ ਸੀ ਅਫਿੱਤੋ ਇੱਥੇ ਤੱਕ ਕੇ ਜਿਹੜੇ ਘਰਾਂ 'ਚ ਰਹਿਣ ਵਾਲਾ ਵੀ ਸੀਗਾ ਸਿਸਟਮ ਉਹ ਵੀ ਉਹ ਵੀ ਡੁਪਲੀਕੇਟਸ ਇਹਦੇ ਵਿੱਚ ਸਿਰਫ ਬਾਹਰਲੇ ਬੰਦੇ ਨੇ ਬੰਦਿਆਂ ਦੀ ਵੈਸੀ ਜਿਹੜੀ ਨੈਸ਼ਨੈਲਟੀ ਆ ਗੋਪਤ ਰੱਖੀ ਗਈ ਆ ਪਰ ਸਾਨੂੰ ਥੋੜਾ ਜਿਹਾ ਸ਼ੱਕ ਹੋ ਸਕਦਾ ਕਿਹੜੀ ਨੈਸ਼ਨੈਲਟੀ ਹੋ ਸਕਦੀ ਆ ਬੰਦੇ ਬੰਦਿਆਂ ਦੇ ਕੋਲੋਂ 5000 ਤੋਂ ਲੈ ਕੇ 8-9000 10000 ਤੱਕ ਲਿਆ ਜਾਂਦਾ ਹੈ ਘਰਾਂ ਨੂੰ ਕਿਰਾਏ ਤੇ ਦਿੱਤਾ ਜਾਂਦਾ ਹੈ ਘਰਾਂ ਨੂੰ ਕਿਰਾਇਆ 4 ਮਹੀਨੇ ਦਾ ਕਿਰਾਇਆ ਐਡਵਾਂਸ ਦੇ ਵਿੱਚ ਫਿਰ ਤਿੰਨ-ਤਿੰਨ ਮਹੀਨ ਤਿੰਨ-ਤਿੰਨ 100 ਦਾ ਜਿਹੜਾ ਕਿਰਾਇਆ ਹਰ ਮਹੀਨੇ ਲਿਆ ਜਾਂਦਾ ਹੈ ਜਿੰਨਾ ਟਾਈਮ ਬੰਦੇ ਦੀ ਉਸਪੀਤੀ ਜਾਂ ਰੈਜ਼ਿਡੈਂਸ ਨਹੀਂ ਬਣ ਜਾਂਦਾ ਹੈ ਜਿਸ ਟਾਈਮ ਰੈ residenza ਬਣ ਗਈ ਹੋਸਪਿਟੀ ਬਣ ਗਈ ਬੰਦਾ ਕਿਤੇ ਕੰਮ ਕੀਤੇ ਤੇ ਇੱਕ ਉਂਤਰਾਤੋ ਵਾਲਿਆਂ ਦਾ ਤੁਹਾਨੂੰ ਪਤਾ ਹੈ ਇਹ ਰੇਟ 500 ਤੋਂ ਲੈ ਕੇ 700 1000 2000 ਉਸ ਤੋਂ ਬਾਅਦ 200 300 ਐਰੋ ਮਹੀਨੇ ਦਾ ਟੈਕਸ ਸਭ ਕੁਝ ਵਸੂਲਿਆ ਜਾਂਦਾ ਸੀ ਪਰ ਪੁਲਿਸ ਹੌਲੀ-ਹੌਲੀ ਪਹੁੰਚ ਗਈ ਆ ਟੈਲੀਫੋਨਾਂ ਤੇ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਜੇਕਰ ਤੁਸੀਂ ਇਦਾਂ ਦਾ ਗਲਤ ਕੰਮ ਕਰਦੇ ਹੋ ਟੈਲੀਫੋਨ ਦੇ ਵਿੱਚ ਜਦੋਂ ਹੀ ਤੁਸੀਂ ਕੁਝ ਗੱਲਾਂ ਉਹਨਾਂ ਨੇ ਫੀਡ ਕੀਤੀਆਂ ਹਨ ਜਦੋਂ ਤੁਸੀਂ ਗਲਤ ਗੱਲ ਬੋਲਦੇ ਹੋ ਉੱਥੇ ਰਿਕਾਰਡ ਇੱਕ ਸਮ ਨੂੰ ਰਿਕਾਰਡਿੰਗ ਸ਼ੁਰੂ ਹੋ ਜਾਂਦੀ ਹੈ ਜੀ ਤੇ ਉਹ ਰਿਕਾਰਡਿੰਗ ਤੋਂ ਫਿਰ ਤੁਹਾਡੇ ਖਿਲਾਫ ਯੂਜ਼ ਕੀਤਾ ਜਾਂਦਾ ਪਰ ਰਿਕਾਰਡਿੰਗ ਕਰਨ ਲਈ ਵੈਸੇ ਇਹਨਾਂ ਨੂੰ ਸਪੈਸ਼ਲ ਪਰਮਿਸ਼ਨਾਂ ਚਾਹੀਦੀਆਂ ਜੇਕਰ ਇਹ ਸਭ ਕੁਝ ਚੱਲਿਆ ਤਾਂ ਕਿਸੇ ਨਾ ਕਿਸੇ ਏਜੰਟ ਨੇ ਜਿਹੜੇ ਬੰਦੇ ਬਣਾਏ ਸੀ ਕਿਸੇ ਨਾ ਕਿਸੇ ਬੰਦੇ ਨੇ ਜ਼ਰੂਰ ਐਫ ਆਈ ਆਰ ਦਰਜ ਕੀਤੀ ਹੋਊਗੀ ਨਹੀਂ ਤਾਂ ਇਹ ਆਪਣੀ ਮਰਜ਼ੀ ਦੇ ਨਾਲ ਇਟਲੀ ਦੇ ਵਿੱਚ ਕੋਈ ਕੰਮ ਨਹੀਂ ਕਰਦੇ ਇਹਨਾਂ ਦੇ ਸਾਹਮਣੇ ਪਾਵੇ ਚੋਰੀ ਹੁੰਦੀ ਰਵੇ ਇਸ ਤੋਂ ਬਾਅਦ 40 ਕੇਸ ਦਾ ਉਹ ਬੰਦਿਆਂ ਦੇ ਸੀ ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਹੈ ਲੁੱਟਿਆ ਜਾ ਰਿਹਾ ਹੈ ਮਤਲਬ ਕਿ ਥੋੜੇ ਜਿਹੇ ਪੈਸੇ ਥੋੜੇ ਜਿਹੇ ਪੈਸਿਆਂ ਦੇ ਵਿੱਚ ਉਹਨਾਂ ਨੂੰ ਰੱਖਿਆ ਕੰਮ ਤੇ ਰੱਖਿਆ ਕਿਉਂਕਿ ਇੰਡੀਆ ਤੋਂ ਬੁਲਾਇਆ ਸੀ ਇਸ ਕਰਕੇ ਪਹਿਲੇ ਹੀ ਮਗਾਇਆ ਹੁਣ ਸੌਰੀ ਇੰਡੀਆ ਨਹੀਂ ਇਹ ਕੰਟਰੀ ਹੈ ਜਿਹੜੀ ਗੋਪਤਾ ਰੱਖੀ ਗਈ ਆ ਇਸ ਕਰਕੇ ਪਤਾ ਨਹੀਂ ਕਿਹੜੀ ਕੰਪਨੀ ਆ 2018 ਦਾ ਇਹ ਕੇਸ ਚੱਲਦਾ ਜੀ ਤੇ ਘੱਟ ਤੋਂ ਘੱਟ ਇਹਨਾਂ ਨੂੰ 7-7 ਸਾਲ ਦੀ ਕਹਿੰਦੇ ਦੱਸਿਆ ਜਾ ਰਿਹਾ ਫਿਰ ਸ਼ਾਇਦ ਇਹਨਾਂ ਨੂੰ ਹੋ ਸਕਦੀ ਆ ਜੇਲ ਹੋ ਸਕਦੀ ਹੈ 5000 ਤੋਂ ਲੈ ਕੇ 10000 ਤੱਕ ਰੇਟ ਚੱਲਦਾ ਸੀ ਚੋਰ ਰੇਟ ਚੱਲਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਰੇਟ ਕਿਹੜੇ ਚੱਲਦੇ ਆ ਜੀ ਸੀਜ਼ਨ ਵਾਲੇ ਪੇਪਰਾਂ ਤੇ 9 ਮਹੀਨੇ ਦੇ ਪੇਪਰਾਂ ਦਾ ਰੇਟ 5000 ਸੀਗਾ ਤੇ ਜੇ ਕੋਈ ਬੰਦਾ ਜ਼ਿਆਦਾ ਜਾਣ ਪਛਾਣਦਾ ਹੈ ਕਹਿੰਦਾ ਮੈਂ ਤੈਨੂੰ 10 ਬੰਦੇ ਦੇ ਦਿੰਦਾ ਮੈਂ ਤੈਨੂੰ 4 ਬੰਦੇ ਦੇ ਦਿੰਦਾ ਉਹਨਾਂ ਨੂੰ ਫੇਰ 15-1500 ਰੁਪਏ ਦੇ ਵਿੱਚ ਵੀ ਮੰਨ ਜਾਂਦੇ ਸੀ ਤੇ ਜਿਹੜੇ ਬੰਦਿਆਂ ਨੇ 1500 ਲੈ ਕੇ ਮੋਹਰੇ ਕਿਸੇ ਬੰਦੇ ਨੂੰ 4-5000 ਚ ਵੇਚੇ ਆ ਉਹਨਾਂ ਸਾਰਿਆਂ ਨੇ ਵੀ ਰਗੜੇ ਜਾਣਾ ਕਿਉਂਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇਹ ਜੋ ਬੰਦੇ ਫੜ ਹੋਏ ਨੇ ਮੈਨੂੰ ਯਾਦ ਨਹੀਂ ਕਿ ਮੈਂ ਦੱਸਦਾ ਜੀ ਵਾਹਿਗੁਰੂ ਮਿਲਾਨੋ ਫਰੇਂਸੇ ਫੌਜਾ ਦੇ ਲਾਸਪੇਜ਼ੀਆ ਦੇ ਵਿੱਚ ਇਹ ਸਾਰਾ ਜੋ ਗੈਂਗ ਆ ਇਹਨਾਂ ਨੂੰ ਘੇਰਿਆ ਗਿਆ ਜੀ ਹੋਰ ਵੀ ਬੰਦੇ ਫੜੇ ਜਾਣਗੇ ਇਹ ਸੀ ਅੱਜ ਦੀਆਂ ਖਾਸ ਕਰਕੇ ਮੇਰੇ ਸਾਹਨ ਜਿੰਨੀਆਂ ਵੀ ਖਬਰਾਂ ਜੀ ਤੁਹਾਨੂੰ ਦੱਸਿਏ ਟਾਈਟਲ ਦੇ ਵਿੱਚ ਸਾਰੀਆਂ ਅਸੀਂ ਤੁਹਾਨੂੰ ਦੱਸ ਦਿੱਤੀਆਂ ਜੀ ਮਿਲਾਂਗੇ ਅਸੀਂ ਆਪਣੇ ਨੈਕਸਟ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਤੁਹਾਨੂੰ ਸਾਡੀਆਂ ਖਬਰਾਂ ਲੱਗਦੀਆਂ ਕਿੰਨੀਆਂ ਲੰਬੀਆਂ ਹੁੰਨੀਆਂ ਛੋਟੀਆਂ ਹੁੰਦੀਆਂ ਲਿੱਕੇ ਜਰੂਰ ਦੱਸਿਆ ਕਰੋ ਜਦੋਂ ਤੂੰ ਤੁਸੀ ਸਾਨੂੰ ਵਧੀਆ ਵਧੀਆ ਕਮੈਂਟਾਂ ਕਰਦੇ ਹਾਂ ਤਾਂ ਸਾਡਾ ਵੀ ਸੇਚਿਤ ਕਰਦਾ ਵੀ ਲੰਬੀਆਂ ਲੰਬੀਆਂ ਵੀਡੀਓ ਅਸੀਂ ਵੀ ਬਣਾਈ ਰੱਖੀਏ ਤੂੰ ਹੀ ਸੋਨ ਰਹੇ ਹੀ ਕੁਲਵੀਰ ਸਿੰਘ ਦੇ ਨਾਲ ਤੁਹਾਡਾ ਆਪਣਾ ਫੇਵਰਟ ਚੈਨਲ ਜਿਹਦੇ ਤੇ ਮਿਲਦੀ ਨੇ ਹਰ ਰੋਜ਼ ਤੁਹਾਨੂੰ ਮਿਲਦੀ ਨੇ ਕੋਈ ਨਾ ਕੋਈ ਨਵੀਂ ਖਬਰ ਜਾਂ ਫਿਰ ਨਵੀਂ ਜਾਣਕਾਰੀ ਸਿਰਫ ਕੋਰੋਨਾ ਨਹੀਂ ਇਟਲੀ ਦੇ ਵਿੱਚ ਖਬਰਾਂ ਨੂੰ ਹੋਰ ਵੀ ਬਹੁਤ ਖਬਰਾਂ ਜਿਹੜੇ ਬਾਰੇ ਅਸੀਂ ਖਬਰਾਂ ਬਣਾ ਸਕਦੇ ਹਾਂ ਮਿਲਦੇ ਜੀ ਗੱਲ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ